ਉੱਗੇ ਕਥਾਵਾਚਕ ਨੇ ਭਾਈ ਸੁਰਿੰਦਰ ਸਿੰਘ ਜੀ ਗੌਰੀ ਦੁਬਈ ਵਾਲੇ, ਜੋ ਆਪ ਜੀ ਨਾਲ ਗੁਰਮਤ ਵਿਚਾਰਾਂ ਦੇ ਸਾਂਝ ਕਰਨਗੇ। ਮੇਰੀ ਬੇਨਤੀ ਹੈ ਕਿਰਪਾ ਕਰਕੇ ਸਟੇਜ ਤੇ ਸੱਜ ਜਾਣ। ਤਨ ਪਿਰ ਇਹ ਨ ਆਖਣ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਏ ਸੋਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ, ਸੋ ਪਲਕੇ ਉੱਠ ਘਰ ਨਾਮ ਤੇ ਆਵੇ। ਉਦਮ ਕਰੇ ਪਲਕੇ ਪਰਬਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਕ ਦੋਖ ਪਾਪ ਲੈ ਨਸ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰਮਨ ਪਾਵੇ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹਰ ਹਰ ਭਗਤੀ ਕਾਜ ਸਵੇਲਾ, ਗੁਰ ਸਤਿਗੁਰ ਦਾਨ ਦਿਵਾਇਆ। ਖੰਡ ਬ੍ਰਹਮੰਡ ਹਰ ਸੋਭਾ ਹੋਏ, ਏ ਦਾਨ ਨਾ ਰਲੇ ਰਲਾਇਆ। ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੋ, ਸੋ ਕੂੜ ਹੰਕਾਰ ਕਜ ਪਾਜੋ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਹਰ ਪ੍ਰਭ ਮੇਰੇ ਬਾਬਲਾ, ਇਹ ਦਾਨ ਮੈਂ ਦੇ ਜੋ। ਤਨ ਪਿਰ ਇਹ ਨ ਆਖਿਅਨ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਏ ਸੋਏ। ਪਰਮ ਸਨਮਾਨਯੋਗ ਗੁਰੂ ਸਾਹਿਬ ਸੰਗਤ ਜੀ, ਚਵੇ ਛਤਰ ਦੇ ਮਾਲਕ, ਕਲਯੁਗ ਦੇ ਬੋਹੇ, ਨਾਮ ਬੰਦ ਜਹਾਜ਼, ਗਿਆਨ ਦੇ ਮਹਾਂਸਾਗਰ, ਵਾਲੀਏ ਕੁਲ ਆਲਮ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਇਮਾਨ ਗੁਰਸਵਾਰੇ ਸਾਧ ਸੰਗਤ ਜਨੋ, ਆਓ ਕਲਗੀਧਰ ਪਿਤਾ ਦੀ ਬਖਸ਼ ਫਤਿਹ ਦੀ ਸਾਂਝ ਨੂੰ ਬੁਲੰਦ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਗਜ ਭਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਬੜਾ ਸੁਭਾਗਾ ਸਮੇਂ, ਜਿਸ ਤਰ੍ਹਾਂ ਕਿ ਸੈਕਟਰੀ ਸਾਹਿਬ ਨੇ ਅਨਾਊਂਸ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ 550 ਸਾਲ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ, ਔਰ ਇਸ ਹੀ ਤਰ੍ਹਾਂ ਗੁਰਮੁਖ ਪਿਆਰੇ ਭਾਈ ਭੁਪਿੰਦਰ ਸਿੰਘ ਜੀ ਰੰਗੀਲਾ, ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਗੁਰਸਿੱਖੀ ਦਾ ਕਈ ਸਾਲਾਂ ਤੋਂ ਪ੍ਰਚਾਰ ਕਰਦੇ ਆ ਰਹੇ ਨੇ, ਸਤਿਗੁਰਾਂ ਦੀ ਰਹਿਮਤ ਦਾ ਸਦਕੇ ਇਹਨਾਂ ਕੋਲੋਂ ਸਮੂਹਿਕ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚਿਆਂ ਦੇ ਆਨੰਦ ਕਾਰਜ ਦੇ ਉਪਰਾਲੇ ਕੀਤੇ ਨੇ। ਇੱਕ ਬੜਾ ਹੀ ਵੱਡਾ ਹੀ ਉਪਰਾਲਾ ਉੱਦਮ ਹੈ, ਸਿਵਾਏ ਬਖਸ਼ਿਸ਼ ਕਿਰਪਾ ਰਹਿਮਤ ਦੇ ਇਹ ਕੰਮ ਨਹੀਂ ਹੋ ਸਕਦਾ ਹੈਗਾ। ਜਿੱਥੇ ਕਿ ਮਾਇਆ ਦੀ ਵੀ ਲੋੜ ਹੈਗੀ ਆ, ਉਸ ਦੇ ਨਾਲ ਨਾਲ ਬਰਕਤਾਂ ਨੇ ਵੀ ਬੜੀਆਂ ਲੋੜਮੰਦਾਂ ਜਿਸ ਤਰ੍ਹਾਂ ਕਿ ਵਧੀਆ ਚੀਜ਼ਾਂ ਵਗੈਰਾ ਸਾਰੀਆਂ ਦਿੱਤੀਆਂ ਨੇ, ਕਾਫੀ ਉਪਰਾਲੇ ਕੀਤੇ ਨੇ, ਔਰ ਕਾਫੀ ਦੇਸ਼ ਵਿਦੇਸ਼ ਤੋਂ, ਜਿਸ ਤਰ੍ਹਾਂ ਕਿ ਅਮੈਰੀਕਾ ਤੋਂ ਵੀ, ਕੈਨੇਡਾ ਵਿਖੋ ਵੀ ਗੁਰਮੁਖ ਪਿਆਰੇ ਆਏ ਨੇ, ਕੈਲਗਰੀ ਵਿਖੇ ਤੋਂ ਵੀ ਆਏ ਨੇ। ਇਹ ਸਾਰੀਆਂ ਨਿਸ਼ਾਨੀਆਂ ਪਿਆਰ ਦੀਆਂ, ਰਹਿਮਤ ਦੀਆਂ, ਬਖਸ਼ਿਸ਼ ਦੀਆਂ ਹੈਗੀਆਂ ਹੈਗੀਆਂ। ਦਸ ਇਸ ਤਰ੍ਹਾਂ ਸ਼ੁਰੂ ਕਰੇ ਕਿ ਤਨ ਪਿਰ ਇਹ ਨ ਆਖਿਣ ਬਹਿਣ ਜੇ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਏ ਸੋਏ। ਸਿਰਫ ਸਰੀਰਕ ਤੌਰ 'ਤੇ ਰਲ ਕੇ ਬਹਿਣਾ, ਉੱਠ ਕੇ ਬੈਠਣਾ, ਇਹਨੂੰ ਇਸਤਰੀ ਪਤੀ ਦਾ ਰਿਸ਼ਤਾ ਨਹੀਂ ਕਹਿੰਦੇ। ਏਕ ਜੋਤ ਦੋਏ ਮੂਰਤੀ, ਭਾਵੇਂ ਦੋ ਸਰੀਰ ਕਰਕੇ ਹੈਗੇ ਨੇ,
ਪਰ ਜਦੋਂ ਕਿ ਦੋ ਸਰੀਰ ਦੀ ਆਪਸ ਦੀ ਗੁਰਮਤ ਸਾਂਝ, ਵਿਚਾਰਾਂ ਦੀ ਸਾਂਝ, ਇੱਕ ਸੰਸਾਰ 'ਚ ਰਹਿੰਦਿਆਂ ਇਕੱਠਿਆਂ ਦੀ ਸਾਂਝ ਹੈਗੀ ਹੈ, ਉਹਨੂੰ ਕਹਿੰਦੇ ਨੇ ਕਿ ਪਤੀ ਪਤਨੀ ਦਾ ਰਿਸ਼ਤਾ ਹੈ। ਹੋਰ ਗੁਰਮਤ ਦੇ ਆਧਾਰ 'ਤੇ ਬੜੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ, ਪਰ ਉਸ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਦਾਸ ਇੱਕ ਆਪ ਜੀ ਨਾਲ ਪੁਰਾਣੀ ਇਤਿਹਾਸਿਕ ਗੱਲ ਕਰੇਗਾ। ਕਰੀਬ ਕਾਫ਼ੀ ਸਮੇਂ ਪਹਿਲਾਂ ਦੀ ਗੱਲ ਹੈ, ਕਿਸੇ ਪਰਿਵਾਰ ਦੇ ਵਿੱਚ ਕੋਈ ਅੰਮ੍ਰਿਤ ਵੇਲੇ ਕੋਈ ਮਹਾਂਪੁਰਖ ਆਇਆ, ਬੜੀ ਪਹੁੰਚੀ ਹੋਈ ਆਤਮਾ, ਰੰਗੀ ਹੋਈ ਆਤਮਾ, ਅਤੇ ਜਦੋਂ ਘਰ 'ਚ ਆਏ ਨੇ ਤਾਂ ਘਰ ਵਾਲਿਆਂ ਨੇ ਸਤਿਕਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮਹਾਂਪੁਰਖ ਕਹਿੰਦੇ ਨੇ ਕਿ ਜਿਹੜੇ ਕੰਨਿਆ ਤੁਹਾਡੇ ਘਰ 'ਚ ਜੰਮੀ ਸੀਗੀ, ਤੁਸੀਂ ਉਹਨੂੰ ਮਿੱਟੀ 'ਚ ਦਫਨਾ ਆਏ ਹੈਗੇ, ਪਰ ਤੁਹਾਨੂੰ ਪਤਾ ਹੈ ਉਸ ਕੰਨਿਆ ਦੀ ਕੁੱਖ ਤੋਂ ਐਸੇ ਮਹਾਂਪੁਰਖ ਮਹਾਂਬਲੀ ਸੂਰਮੇ ਨੇ ਜਨਮ ਲੈਣਾ ਹੈ, ਔਰ ਉਹ ਸੂਰਮੇ ਦਾ ਨਾਮ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ। ਕਹਿੰਦੇ ਕਿ ਤੁਸੀਂ ਇੰਨੇ ਕਾਹਰ ਹੈਗੇ ਹੋ ਕਿ ਇੱਕ ਬੱਚੀ, ਇੱਕ ਇਸਤਰੀ ਲੜਕੀ ਦਾ ਤੁਹਾਡੇ ਕੋਲੋਂ ਸਤਿਕਾਰ ਨਹੀਂ। ਤਾਂ ਉਸ ਮਹਾਂਪੁਰਖ ਨੇ, ਜਿਸ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਂ ਰਾਜ ਕੌਰ ਸੀਗਾ, ਔਰ ਉਸ ਬੱਚੀ ਨੂੰ ਜਦੋਂ ਲਿਆਂਦਾ, ਪਾਲਿਆ ਪੋਸਿਆ, ਤਾਂ ਮਹਾਰਾਜਾ ਰਣਜੀਤ ਸਿੰਘ ਜੈਸੇ ਮਹਾਂਪੁਰਖ ਜਿਹਨਾਂ ਦੇ ਕਿ ਕਸ਼ਮੀਰ ਤੋਂ ਲੈ ਕੇ ਦਰਾ ਖੇਬਰ ਤੱਕ, ਜਦੋਂ ਕਿ ਅਫਗਾਨਿਸਤਾਨ ਜੈਸੇ ਇਲਾਕਿਆਂ ਦੇ ਵਿੱਚ ਅਮਰੀਕਾ, ਰਸ਼ੀਆ ਜੈਸੇ ਰਾਜ ਕਰਨ ਤੋਂ ਫੇਲ ਹੋ ਗਏ ਨੇ, ਉੱਥੇ ਰਾਜ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਨੇ, ਜਿੱਥੇ ਕਿ ਧਾਰਮਿਕ ਲੋਕਾਂ ਦੇ ਨਾਲ, ਜਾਤੀਆਂ ਦੇ ਨਾਲ ਸਾਰਿਆਂ ਦਾ ਬਰਾਬਰ ਸਤਿਕਾਰ ਸੀਗਾ। ਤਾਂ ਗੁਰਬਾਣੀ ਚੰਦ ਕਿ ਸੋ ਕਿਉਂ ਮੰਦਾ ਆਕੇ ਜਿੱਤ ਜੰਮੇ ਰਾਜਾਨ, ਪੰਡ ਜੰਮੇ ਪੰਡ ਨਿੰਬੇ, ਪੰਡ ਮੰਗਣ ਵਿਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ, ਪੰਡ ਮੂਆ ਪੰਡ ਪਾਲੇ ਪੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਕੇ ਜਿੱਤ ਜੰਮੇ ਰਾਜਾਨ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਵਿੱਚ ਜਿਸ ਤਰ੍ਹਾਂ ਕਿ ਅਸੀਂ ਅੱਜ ਸਮੂਹਿਕ ਵਿਆਹਾਂ 'ਤੇ ਇਕੱਠੇ ਹੋਏ ਹਾਂ, ਲੋੜਵੰਦ ਪਰਿਵਾਰਾਂ, ਬੱਚੇ ਬੱਚਿਆਂ ਦੇ ਆਨੰਦ ਕਾਰਜ ਨੇ, ਭੁਪਿੰਦਰ ਸਿੰਘ ਰੰਗੀਲਾ ਵੀਰ ਜੀ ਦੇ ਉਪਰਾਲੇ ਦੇ ਸਦਕੇ, ਇਹਨਾਂ ਦੇ ਵੱਡੇ ਭਰਾਤਾ ਜੀ ਵੀ ਬੜੇ ਉਪਰਾਲੇ ਕਰਦੇ ਪਏ ਨੇ, ਬਲਵਿੰਦਰ ਸਿੰਘ ਜੀ ਰੰਗੀਲਾ, ਇਹ ਕੰਮ ਮਾਇਆ ਦੇ ਨਾਲ ਨਾਲ ਇੱਕ ਬਖਸ਼ਿਸ਼ਾਂ 'ਤੇ ਚਾਹੀਦੀਆਂ ਨੇ। ਇਹ ਪਰਿਵਾਰ ਜਿਹੜਾ ਕਿ ਚੰਡੀਗੜ੍ਹ ਵਿਖੇ ਇਹੋ ਜਿਹੇ ਕਾਰਜ ਕਰਨੇ ਬੜੇ ਔਖੇ ਨੇ, ਨਾਲੇ ਸਭ ਤੋਂ ਵੱਡੀਆਂ ਗੱਲਾਂ ਕਿ ਸੰਸਾਰ 'ਚੋਂ ਫਿਟਕਾਰਾ ਮਿਲਦੀਆਂ ਨੇ, ਪਰ ਇਹ ਗੁਰਮੁਖ ਪਿਆਰਿਆਂ ਅਤੇ ਗੁਰੂ ਨਾਨਕ ਦੀ ਉਚੇਚਾ ਬਖਸ਼ਿਸ਼ ਹੈ। ਜਿੱਥੇ ਕਿ ਅਸੀਂ ਪਰਿਵਾਰ ਮਨਾ ਰਹੇ ਹੈਗੇ ਹਾਂ ਸ਼ਤਾਬਦੀਆਂ, ਉੱਥੇ ਇਹ ਉਪਰਾਲੇ ਦੇ ਵਿੱਚ ਕਿ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈਗਾ ਆ, ਇਸਤਰੀ ਦਾ ਸਤਿਕਾਰ ਕੀਤਾ, ਇੱਕ ਪਰਿਵਾਰ 'ਚ ਰਹਿਣਾ, ਇੱਕ ਸਮਾਜ 'ਚ ਰਹਿਣਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਵੀ ਪਰਿਵਾਰ ਵਾਲੇ। ਅਤੇ ਇਸ ਹੀ ਤਰ੍ਹਾਂ ਜੇ ਸੰਸਾਰ 'ਚ ਸੁਖੀ ਰਹਿਣਾ ਹੈਗਾ ਆ ਅਤੇ ਘਰ ਦੇ ਵਿੱਚ ਵੀ ਸੁੱਖ ਹੋਵੇਗਾ ਤਾਂ ਬਾਹਰ ਸੁੱਖ ਮਿਲੇਗਾ। ਘਰ ਬਾਹਰ ਤੇਰਾ ਪਰਵਾਸਾ ਹੈ ਕਿ ਜਿਹਦੇ ਕੋਲ ਆਪਣੇ ਘਰ 'ਚ ਸਕੂਨ ਹੋਵੇਗਾ। ਘਰ 'ਚ ਸਕੂਨ ਤਾਂ ਹੀ ਹੋਵੇਗਾ ਜਦੋਂ ਕਿ ਪਤੀ ਪਤਨੀ ਇਸਤਰੀ ਦਾ ਆਪਸੀ ਪਿਆਰ ਹੋਵੇਗਾ। ਤਾਂ ਮਹਾਰਾਜ ਜੀ ਵੀ ਇਹੀ ਬਖਸ਼ਿਸ਼ਾਂ ਕਰਦੇ ਨੇ ਕਿ ਸਭ ਤੋਂ ਪਹਿਲਾਂ ਇੱਕ ਸਤਿਕਾਰ ਕਰਨਾ ਹੈ ਆਪਣੀ ਘਰਵਾਲੀ ਦਾ, ਆਪਣੇ ਜੀਵਨ ਸਾਥੀ ਦਾ। ਜੀਵਨ ਸਾਥੀ ਕਹਿੰਦੇ ਨੇ ਲਾਈਫ ਲੌਂਗ ਪਾਰਟਨਰ। ਜੇ ਲਾਈਫ ਲੌਂਗ ਪਾਰਟਨਰ ਕਹਿਣਾ ਹੈਗਾ ਤਾਂ ਇਹਦਾ ਮਤਲਬ ਹੈ ਕਿ ਦੋਨੋਂ ਸਾਥੀਆਂ ਦਾ ਦਰਜਾ ਬਰਾਬਰ ਹੋਵੇਗਾ, ਦੋਵਾਂ ਦਾ ਸਤਿਕਾਰ ਬਰਾਬਰ ਹੋਵੇਗਾ। ਅਤੇ ਸਤਿਕਾਰ ਬਰਾਬਰ ਤਾਂ ਹੀ ਹੋਵੇਗਾ ਕਿ ਜਦੋਂ ਕਿ ਬੱਚੇ ਬੱਚੀ ਕੰਨਿਆਂ ਦਾ ਵੀ ਅਸੀਂ ਪੂਰਾ ਸਤਿਕਾਰ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚ ਵੀ ਭਾਈ ਜੇਠਾ ਜੀ ਇੱਕ ਬੜੇ ਨਿਮਾਣੇ ਜਿਹੇ ਬਣ ਕੇ ਸੇਵਾ ਕਰਦੇ ਨੇ,
ਔਰ ਘਰੋਂ ਮਾਤਾ ਜੀ ਕਹਿੰਦੇ ਨੇ ਕਿ ਸਾਡੀ ਬੱਚੀ ਜਵਾਨ ਹੋ ਰਹੀ ਹੈ, ਇਹਦੇ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ। ਤਾਂ ਕੁਦਰਤ ਦੀ ਗੱਲ ਹੈ ਕਿ ਭਾਈ ਜੇਠਾ ਜੀ ਜਿਹੜੇ ਕਿ ਉੱਥੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਘਰ ਦੀਆਂ ਸੇਵਾਵਾਂ ਬੜੀਆਂ ਨਮਰਤਾ ਦੇ ਨਾਲ ਕਰ ਰਹੇ ਸੀਗੇ, ਭਾਵੇਂ ਇੱਕ ਅਨਾਥ ਬਾਲਕ ਸੀਗਾ, ਬਚਪਨ ਦੇ ਵਿੱਚ ਮਾਤਾ ਪਿਤਾ ਦਾ ਸਾਇਆ ਵੀ ਛੁੱਟ ਗਿਆ ਸੀਗਾ, ਨਾਨੀ ਪਾਲਦੀ ਸੀਗੀ, ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ। ਅਤੇ ਜਦੋਂ ਕਿ ਬੀਬੀ ਭਾਨੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੁੱਤਰੀ ਜਵਾਨ ਹੋ ਰਹੀ ਹੈ, ਵਿਆਹ ਦੇ ਲਾਇਕ ਹੋ ਰਹੀ ਹੈ, ਤਾਂ ਘਰੋਂ ਮਾਤਾ ਜੀ ਕਹਿੰਦੇ ਨੇ ਕਿ ਬੱਚੀ ਦੇ ਲਈ ਕੋਈ ਯੋਗ ਵਰ ਲੱਭੋ, ਕਿਉਂਕਿ ਪਰਿਵਾਰ 'ਚ ਸਮਾਜ 'ਚ ਰਹਿੰਦਿਆਂ ਹੋਈਆਂ ਸਾਡੀਆਂ ਕਈ ਜ਼ਿੰਮੇਦਾਰੀਆਂ ਜਿਹੜਾ ਕਿ ਪਤੀ ਨੇ ਜਾਂ ਪਿਤਾ ਨੇ ਨਿਭਾਉਣੀਆਂ ਨੇ, ਕੋਈ ਜ਼ਿੰਮੇਦਾਰੀਆਂ ਹੁੰਦੀਆਂ ਜਿਹੜੀਆਂ ਕਿ ਮਾਤਾ ਜਾਂ ਇਸਤਰੀਆਂ ਨੇ ਨਿਭਾਉਣੀਆਂ ਹੁੰਦੀਆਂ, ਕਿਉਂਕਿ ਸਮਾਜ ਦੀ ਰੀਤੀ ਇਹੋ ਜਿਹੀ ਹੈਗੀ ਹੈ ਕਿ ਦੋਨਾਂ ਦੀ ਆਪੋ ਆਪਣੀ ਜ਼ਿੰਮੇਦਾਰੀਆਂ ਹੁੰਦੀਆਂ ਨੇ। ਜੇ ਬੱਚੀ ਦਾ ਰਿਸ਼ਤਾ ਕਰਨਾ ਹੈਗਾ ਤਾਂ ਜ਼ਿਆਦਾ ਤਾਂ ਮਹਿਸੂਸ ਜਿਹੜਾ ਹੁੰਦਾ ਮਾਤਾ ਨੂੰ ਹੁੰਦਾ ਹੈ, ਭਾਵੇਂ ਬੱਚਾ ਚਾਹੇ ਲੜਕਾ ਹੋਵੇ ਜਾਂ ਲੜਕੀ ਹੋਵੇ, ਜੰਮਦੇ ਸਾਰੇ ਘਰ ਵਾਲਿਆਂ ਨੂੰ ਜ਼ਿੰਮੇਦਾਰੀ ਸ਼ੁਰੂ ਹੋ ਜਾਂਦੀ, ਫਿਕਰ ਲੱਗ ਜਾਂਦਾ ਹੈ। ਤਾਂ ਇੱਥੇ ਮਤਲਬ ਘਰੋਂ ਜਦੋਂ ਕਹਿੰਦੇ ਨੇ ਕਿ ਬੱਚੀ ਜਵਾਨ ਹੋ ਗਈ ਕੋਈ ਰਿਸ਼ਤਾ ਲੱਭੋ, ਤਾਂ ਬੱਚੀ ਦੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਪੁੱਛਦੇ ਨੇ ਕਿ ਕਿਹੋ ਜਿਹਾ ਆਪਣਾ ਘਰ ਦੇ ਵਿੱਚ ਜਵਾਈ ਜਾਂ ਘਰ ਕਿਹੋ ਜਿਹਾ ਬੱਚਾ ਹੋਵੇ, ਤਾਂ ਇਸ਼ਾਰਾ ਕੀਤਾ ਕਿ ਸਾਹਮਣੇ ਜਿਹੜਾ ਘੁੰਗਣੀਆਂ ਵੇਚਦਾ ਹੈਗਾ ਗਰੀਬੜਿਆ ਜਾਂ ਨਿਮਾਣਾ ਜਾਂ ਇਹੋ ਜਿਹਾ ਹੋਵੇ। ਤਵੱਜੋ ਦੇਣਾ ਮੇਰੇ ਪਿਆਰੇ ਸਾਧ ਸੰਗਤ ਜੀ, ਜਿਹੜੇ ਅੱਜ ਕੱਲ੍ਹ ਦੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਡਾ ਜਵਾਈ ਕਿਹੋ ਜਿਹਾ ਹੋਵੇ ਜਾਂ ਬੱਚੇ ਲਈ ਅਸੀਂ ਰਿਸ਼ਤਾ ਕਿਹੋ ਜਿਹਾ ਜਾਂ ਘਰ ਨੂੰ ਕਿਹੋ ਜਿਹੇ ਲਿਆਉਣੀ ਆ, ਉਹਨਾਂ ਦੇ ਲਈ ਬੜੀ ਜ਼ਰੂਰੀ ਗੱਲ ਹੈਗੀ, ਸੇਧ ਲੈਣ ਵਾਲੀ ਹੈ। ਕਹਿੰਦੇ ਕਿ ਸਾਹਮਣੇ ਜਿਹੜਾ ਬੱਚਾ ਗੁਰਸਿੱਖ ਬੈਠਾ ਜਿਹੜਾ ਬੈਠਾ ਹੈ ਇਹੋ ਜਿਹਾ ਸਾਡਾ ਜਵਾਈ ਹੋਣਾ ਚਾਹੀਦਾ। ਤਾਂ ਗੁਰੂ ਅਮਰਦਾਸ ਮਹਾਰਾਜ ਦੀ ਐਸੀ ਉੱਤੇ ਰਹਿਮਤ ਦੀ ਨਜ਼ਰ ਪੈ ਗਈ, ਕਹਿੰਦੇ ਕਿ ਜੇ ਤੈਨੂੰ ਅਗਰ ਇਹੋ ਜਿਹਾ ਚਾਹੀਦਾ ਫਿਰ ਤਾਂ ਪਤੀ ਇਹੋ ਜਿਹਾ ਇਹਦੇ ਲਈ ਹੈਗਾ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਸਮੇਂ ਪੈਣ 'ਤੇ ਭਾਈ ਜੇਠਾ ਜੀ ਜਿਹਨਾਂ ਨੂੰ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਹੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੀਬੀ ਭਾਨੀ ਜੀ ਦੇ ਘਰੋਂ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਾਤਾ ਜੀ ਨੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇ, ਸਾਰੀ ਅੱਗੇ ਪੀੜ੍ਹੀ ਚੱਲਦੀ ਹੈਗੀ ਹੈ। ਅਤੇ ਕਹਿੰਦੇ ਨੇ ਫਿਰ ਬੀਬੀ ਭਾਨੀ ਜੀ ਦਾ ਵਿਆਹ ਜਦੋਂ ਹੋ ਗਿਆ ਭਾਈ ਜੇਠਾ ਜੀ ਦੇ ਨਾਲ, ਸਾਰੀ ਉਮਰ ਅਖੀਰਲੇ ਸਵਾਸਾਂ ਤੱਕ ਜਿਹੜੀਆਂ ਸੇਵਾਵਾਂ ਕੀਤੀਆਂ ਨੇ ਬੀਬੀ ਭਾਨੀ ਜੀ ਨੇ, ਆਪਣੇ ਪਿਤਾ ਨੂੰ ਇੱਕ ਸੰਸਾਰਿਕ ਪਿਤਾ ਨਹੀਂ ਸਮਝਿਆ, ਇੱਕ ਗੁਰਦੇਵ ਪਿਤਾ ਸਮਝ ਕੇ ਸਾਰੇ ਸਵਾਸਾਂ ਤੱਕ ਅਖੀਰਲੇ ਸਵਾਸਾਂ ਤੱਕ ਇੱਕ ਗੁਰੂ ਘਰ ਦੀ ਸੇਵਾ ਕੀਤੀ, ਪੇਕਾ ਘਰ ਸਮਝ ਕੇ ਨਹੀਂ ਹੋ। ਭਾਵੇਂ ਸਮਾਜ ਦੇ ਵਿੱਚ ਬੜਿਆਂ ਹੀ ਲੋਕਾਂ ਨੇ ਗੱਲਾਂ ਤਾਨੇ ਮਾਰਨੇ ਨੇ, ਜਿਹੜੇ ਕਿ ਅੱਜ ਭਾਈ ਸਾਡੇ ਭੁਪਿੰਦਰ ਸਿੰਘ ਜੀ ਰੰਗੀਲਾ ਇੱਕ ਸਾਡੇ ਸਾਹਮਣੇ ਜਾਗਦੀ ਇੱਕ ਮਿਸਾਲ ਹੈਗੀ ਹੈ। ਇਹਨਾਂ ਨੇ ਨਹੀਂ ਦੇਖਿਆ ਕਿ ਕਿਹੜੇ ਜਾਤ ਦੇ ਬੱਚੇ ਬੱਚੀਆਂ ਨੇ, ਕਿਹੜੇ ਇਲਾਕੇ ਦੇ ਨੇ, ਕਿ ਇਹ ਸਿੱਖ ਕੌਮ ਦੇ ਨਹੀਂ। ਜਦੋਂ ਮੈਂ ਵੀਰ ਜੀ ਦੇ ਨਾਲ ਗੱਲ ਕਰ ਰਹੀ ਸੀ, ਕਹਿੰਦੇ ਸੀ ਕਿ ਕੋਈ ਹਿਮਾਚਲ ਦੇ ਨੇ, ਕੋਈ ਰਾਜਸਥਾਨ ਤੋਂ ਆਏ ਨੇ, ਕੋਈ ਕਸ਼ਮੀਰ ਤੋਂ ਨੇ। ਮਨ ਬੜਾ ਹੀ ਗਦਗਦ ਹੋਇਆ ਕਿ ਸਾਡੇ ਸਿੱਖੀ ਕੌਮ ਦੇ ਵਿੱਚ ਵੀ ਇਹੋ ਜਿਹੇ ਉਪਰਾਲੇ ਵਾਲੇ ਗੁਰਮੁਖ ਪਿਆਰੇ ਹੈਗੇ ਨੇ। ਅਤੇ ਜਦੋਂ ਕਿ ਬੀਬੀ ਭਾਨੀ ਜੀ ਆਪਣੇ ਪੂਰੇ ਸਮੇਂ ਤੱਕ ਇੱਕ ਗੁਰੂ ਘਰ ਸਮਝ ਕੇ ਸੇਵਾਵਾਂ ਕੀਤੀਆਂ ਨੇ, ਔਰ ਆਪਣੇ ਪਿਤਾ ਜੀ ਨੂੰ ਵੀ ਇੱਕ ਗੁਰਦੇਵ ਪਿਤਾ ਸਮਝ ਕੇ ਸੇਵਾਵਾਂ ਕੀਤੀਆਂ ਨੇ, ਅਤੇ ਉਹਨਾਂ ਦੇ ਵਿੱਚੋਂ ਸੀਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਹਨਾਂ ਦੇ ਘਰੋਂ ਮਹਿਲ ਸੀਗੇ ਮਾਤਾ ਗੰਗਾ ਜੀ।
ਤੇ ਕਹਿਣ ਦਾ ਭਾਵ ਹੈ ਕਿ ਸਿੱਖੀ ਦੇ ਵਿੱਚ ਕਿ ਸਿੱਖੀ ਇੱਕ ਪਰਿਵਾਰਿਕ ਧਰਮ ਹੈ, ਇੱਕ ਸਮਾਜਿਕ ਧਰਮ ਹੈ। ਇੱਥੇ ਪਰਿਵਾਰ ਦੀਆਂ ਸਮਾਜ ਦੀਆਂ ਪੂਰੀਆਂ ਲੋੜਾਂ ਨੇ, ਔਰ ਜਦੋਂ ਲੋੜਾਂ ਦੇ ਵਿੱਚ ਹੈਗਾ ਤਾਂ ਇਸ 'ਤੇ ਹਰ ਇੱਕ ਦਾ ਅਸੀਂ ਭਲਾਈ ਕਰਨਾ ਹੈ। ਜੇ ਸਾਢੇ 500 ਸਾਲ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਗੁਰੂ ਸਾਹਿਬ ਮਹਾਰਾਜ ਦਾ ਉਪਦੇਸ਼ ਇਹੀ ਸੀਗਾ, ਨਾਮ ਜਪੋ, ਵੰਡ ਛਕੋ ਔਰ ਕਿਰਤ ਕਰੋ। ਮਹਾਰਾਜ ਜੀ ਨੇ ਆਪਣੇ ਸਵਾਸਾਂ ਦੇ ਅਖੀਰਲੇ 18 ਸਾਲ ਕਰਤਾਰਪੁਰ ਵਿਖੇ ਬਿਤਾਏ ਨੇ ਔਰ ਕਿਰਤ ਕੀਤੀ ਹੈ, ਕੰਮ ਕੀਤਾ ਹੈ, ਵੰਡ ਛਕਿਆ ਹੈ। ਅੱਜ ਸਿੱਖ ਕੌਮ ਦੇ ਲਈ ਬੜੇ ਭਾਗਾਂ ਦੀ ਗੱਲ ਹੈ ਕਿ ਦਿੱਲੀ ਦੀ ਸਰਕਾਰ, ਇਸਲਾਮਾਬਾਦ ਦੀ ਸਰਕਾਰ ਦੋਨਾਂ ਦੇ ਪ੍ਰੇਮ ਉਪਰਾਲੇ ਦੇ ਸਦਕੇ ਉਹ ਕਰਤਾਰਪੁਰ ਦਾ ਲਾਂਘਾ, ਜਿੱਥੋਂ ਕਿ ਸਿੱਖ ਕੌਮ ਜਿਹੜੇ ਕਿ ਦੇਸ਼ ਦੀ ਭੀੜਾਂ ਆਉਣ ਦੇ ਬਾਅਦ ਜਦੋਂ ਕਿ ਸਾਡੇ ਪੰਜਾਬ ਵੰਡੇ ਗਏ, ਹੁਣ ਉੱਥੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣਗੇ। ਇਹ ਹੈਗੀ ਹੈ ਸਿੱਖਾਂ ਦੀ ਅਰਦਾਸ, ਇਹ ਸਿੱਖਾਂ ਦੀ ਲੋੜ ਪੂਰਤੀਆਂ ਦੀ। ਅਤੇ ਦਾਸ ਦਾ ਪ੍ਰਸੰਗ ਸੀਗਾ ਕਿ ਵੀ ਅਸੀਂ ਇੱਕ ਵਿੱਚ ਬੱਚਿਆਂ ਨੂੰ ਇੱਕ ਕਿਹੋ ਜਿਹਾ ਸਤਿਕਾਰ ਰੱਖਣਾ ਹੈ। ਜਦੋਂ ਕਿ ਉਹ ਸਮੂਹਿਕ ਵਿਆਹ ਹੋਣਗੇ, ਇੱਕ ਬੱਚੇ ਬੱਚਿਆਂ ਨੇ ਆਪਸ 'ਚ ਮੇਲ ਜੋਲ ਕੇ ਰਹਿਣਾ ਹੈਗਾ ਆ, ਅਤੇ ਜਿੱਥੇ ਅਸੀਂ ਇਹੋ ਜਿਹੇ ਮੇਲ ਜੋਲ 'ਚ ਰਹਿਣਾ ਹੈਗਾ ਆ, ਇਹ ਰਿਸ਼ਤਾ ਹੁਣ ਬਣਿਆ ਹੈਗਾ, ਜੀਵਨ ਸਾਥੀ ਦਾ ਰਿਸ਼ਤਾ ਬਣਿਆ ਹੈ। ਜੇ ਜੀਵਨ ਸਾਥੀ ਦਾ ਮਤਲਬ ਹੈਗਾ ਕਿ ਦੋਨਾਂ ਦਾ ਆਪਸੀ ਪ੍ਰੇਮ ਪਿਆਰ ਦੇ ਨਾਲ ਰਹਿਣ ਦੇ ਲਈ, ਅਤੇ ਜਿਸ ਤਰ੍ਹਾਂ ਕਿ ਗੁਰੂ ਘਰ ਦੀ ਇੱਕ ਮਰਿਆਦਾ ਰਹੀ ਹੈਗੀ ਹੈ ਕਿ ਹਰ ਲੋੜਵੰਦ ਦੀ ਮਦਦ ਕੀਤੀ ਹੈ, ਚਾਹੇ ਕੋਈ ਵੀ ਕਿਹੋ ਜਿਹਾ ਵੀ ਆਇਆ ਹੈਗਾ ਆ। ਮੈਨੂੰ ਗੱਲਾਂ 'ਚੋਂ ਯਾਦ ਆਇਆ, 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬੱਚੀ ਜਿਹੜੀ ਹੈ ਬੀਬੀ ਦਮੋਦਰੀ ਜੀ, ਵਾਰ ਵਾਰ ਆਪਣੇ ਪਤੀ ਜੀ ਨੂੰ ਕਹਿੰਦੇ ਨੇ ਕਿ ਆਪਣੀ ਬੱਚੀ ਜਵਾਨ ਹੋ ਰਹੀ ਹੈ ਬੀਬੀ ਵੀਰੋ ਜੀ, ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਸਪੁੱਤਰੀ ਜਵਾਨ ਹੁੰਦੀ ਪਈ ਹੈ, ਅਸੀਂ ਵੀ ਇਹਦੇ ਲਈ ਕੋਈ ਯੋਗ ਵਾਰ ਦੇਖੀਏ। ਮਾਤਾ ਗੰਗਾ ਜੀ ਵੀ ਆਪਣੀ ਪੋਤੀ ਦੇ ਲਈ ਬੜੀ ਵਾਰੀ ਆਪਣੇ ਪੁੱਤਰ ਨੂੰ ਕਹਿਣਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣਾ ਕਿ ਭਾਈ ਆਪਣੀ ਬੱਚੀ ਦੇ ਲਈ ਯੋਗ ਵਾਰ ਲੱਭੀਏ। ਮਹਾਰਾਜ ਜੀ ਨੇ ਕਹਿਣਾ ਜਦੋਂ ਅਕਾਲ ਪੁਰਖ ਦਾ ਹੁਕਮ ਹੋਵੇਗਾ, ਬੱਚੀ ਦਾ ਕਾਰਜ ਆਪਣੇ ਆਪ ਹੋ ਜਾਏਗਾ। ਸਮੇਂ ਪੈ ਦੀਵਾਨ ਸਜਿਆ ਹੋਇਆ ਹੈ, ਸੰਗਤਾਂ ਬੜੀਆਂ ਹੁੰਮ ਹੁਮਾ ਕੇ ਭੇਟਾਵਾਂ ਲੈ ਕੇ ਆ ਰਹੀਆਂ ਨੇ, ਆਨੰਦਮਈ ਕੀਰਤਨ ਹੋ ਰਿਹਾ ਹੈ, ਦੀਵਾਨ ਸਜਿਆ ਹੈ, ਜਿਸ ਤਰ੍ਹਾਂ ਕਿ ਅੱਜ ਇੱਥੇ ਬੇਸ਼ੁਮਾਰ ਸੰਗਤਾਂ ਆਨੰਦ ਮਾਣਦੀਆਂ ਪਈਆਂ ਨੇ। ਅਤੇ ਜਦੋਂ ਬੇਸ਼ੁਮਾਰ ਸੰਗਤਾਂ ਆਨੰਦ ਮਾਣਦੀਆਂ ਪਈਆਂ ਨੇ, ਉੱਥੇ ਅੰਦਰ ਇੱਕ ਗਰੀਬੜ ਜਿਹਾ ਪਿਓ ਪੁੱਤਰ, ਜਿਹਦੇ ਵਿੱਚ ਇੱਕ ਇਤਿਹਾਸ 'ਚ ਨਾਮ ਆਇਆ ਭਾਈ ਧਰਮਾ ਅਤੇ ਭਾਈ ਸਾਧੂ ਜੀ, ਸਾਧੂ ਸਪੁੱਤਰ ਹੈ, ਗਰੀਬੜੇ ਦਿਹਾੜੀਦਾਰ ਮਜ਼ਦੂਰ ਹੈਗੇ ਨੇ। ਜਦੋਂ ਦੇਖਿਆ ਕਿ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੈ, ਕੀਰਤਨ ਹੋ ਰਿਹਾ ਹੈ, ਇਹਨਾਂ ਦੀ ਹਿੰਮਤ ਨਾ ਪਵੇ ਕਿ ਦੀਵਾਨ ਦੇ ਵਿੱਚ ਜਾਣ। ਦਿਹਾੜੀਦਾਰ ਮਜ਼ਦੂਰ ਤੁਹਾਨੂੰ ਪਤਾ, ਹੱਥ ਲਿਬੜੇ ਹੁੰਦੇ ਨੇ, ਮੂੰਹ ਲਿਬੜਿਆ ਹੁੰਦਾ, ਕੱਪੜੇ ਪਾਟੇ ਹੁੰਦੇ ਨੇ, ਪਸੀਨਾ ਆਇਆ ਹੁੰਦਾ ਹੈਗਾ ਆ, ਅਤੇ ਕੋਈ ਉਹਨਾਂ ਦੇ ਕੋਲ ਬੈਠਣਾ ਉੱਠਣਾ ਨਹੀਂ ਜਾਂਦਾ ਹੈਗਾ, ਪਰ ਗੁਰੂ ਘਰ ਤਾਂ ਸਾਰੇ ਲਈ ਸਾਂਝਾ, ਕੋਈ ਵੀ ਉੱਥੇ ਆ ਸਕਦਾ ਹੈਗਾ ਆ। ਇਹਨਾਂ ਨੇ ਹਿੰਮਤ ਕਰਕੇ ਦੀਵਾਨ ਦੇ ਵਿੱਚ ਗਏ, ਲਿਬੜੇ ਹੋਏ ਨੇ, ਹੱਥ ਪੈਰ ਮੈਲੇ ਨੇ, ਦਮੜਾ ਕੋਲ ਕੁਛ ਨਹੀਂ ਹੈਗਾ। ਦਿਹਾੜੀਦਾਰ ਮਜ਼ਦੂਰ ਨੇ ਵਿਚਾਰੇ ਨੇ ਕੀ ਕਰਨਾ, ਦਿਨ ਨੂੰ ਮਿਹਨਤ ਕਰਨੀ ਹੈ, ਰਾਤ ਨੂੰ ਘਰ ਜਾਣਾ, ਉਹਦੇ ਵਿੱਚੋਂ ਰਾਸ਼ਨ ਲੈਣਾ, ਭੋਜਨ ਲੈਣਾ, ਆਪਣਾ ਘਰ ਦਾ ਗੁਜ਼ਾਰਾ ਕਰਨਾ। ਇਹਨਾਂ ਗੱਲਾਂ ਤੋਂ ਪਹਿਲੇ ਸਾਧ ਸੰਗਤ ਆਪਣੇ ਜੀਵਨ ਦੀ ਸਿਹਤ ਅਸੀਂ ਲਈਏ। ਇੱਕ ਅਸੀਂ ਹਿੰਦੁਸਤਾਨ 'ਚ ਰਹਿੰਦੇ ਹੋਏ ਕਿੰਨੇ ਚੰਗੇ ਦੇਸ਼ 'ਚ ਰਹਿੰਦੇ ਹਾਂ, ਆਮ ਤੌਰ 'ਤੇ ਅਸੀਂ ਆਪਣੀ ਸਰਕਾਰਾਂ ਨੂੰ ਜਾਂ ਲੋਕਾਂ ਨੂੰ ਅਸੀਂ ਬੁਰਾ ਭਲਾ ਕਹਿੰਦੇ, ਸਮਾਜ ਵਿਤਕਰੇ ਕਰਦੇ ਹਾਂ। ਇੱਕ ਪਾਸੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਉਂਦੇ, ਦੂਜੇ ਸਿਰ ਪਰ ਜਾਤਾਂ ਦੀਆਂ, ਅਮੀਰਾਂ ਗਰੀਬਾਂ ਦੀਆਂ, ਸ਼ੂਦਰਾਂ ਦੀਆਂ ਅਸੀਂ ਮਤ ਭੇਦ ਰੱਖਦੇ ਹੈਗੇ ਹਾਂ। ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਖਾਰਜ ਕਰਦੇ ਹੋਏ ਜਦੋਂ ਕਿ ਪਿਓ ਪੁੱਤਰ ਦੀਵਾਨ ਦੇ ਵਿੱਚ ਆਏ ਨੇ, ਆ ਕੇ ਬੈਠੇ ਨੇ,
ਛੇਵੇਂ ਪਾਤਸ਼ਾਹ ਦੀ ਰਹਿਮਤ ਦੀ ਨਜ਼ਰ ਪਈ ਹੈ ਬੱਚੇ ਦੇ ਉੱਤੇ, ਬਾਬਾ ਸਾਧੂ ਦੇ ਉੱਤੇ, ਭਾਈ ਸਾਧੂ ਦੇ ਉੱਤੇ ਰਹਿਮਤ ਦੀ ਨਜ਼ਰ ਪਈ ਹੈਗੀ ਹੈ। ਦੀਵਾਨ ਸਜਿਆ ਹੈਗਾ ਆ, ਦੀਵਾਨ ਦੇ ਸਮਾਪਤੀ 'ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬੁਲਾਇਆ, ਪੁੱਛਿਆ ਕੀ ਹਾਲ ਹੈ, ਕੀ ਕੰਮ ਕਰਦੇ ਹੋ? ਮਜ਼ਦੂਰੀ ਕਰਦੇ ਹਾਂ ਜੀ। ਤਾਂ ਪਤਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਆਖਿਆ, ਇੱਕ ਮਹਾਂਸਾਗਰ ਇੱਕ ਬੂੰਦ ਦੇ ਕੋਲ ਕੀ ਪੁੱਛਦੇ ਨੇ? ਕਹਿੰਦੇ ਕਿ ਤੁਹਾਡਾ ਬੱਚਾ ਬੜਾ ਹੋਣਹਾਰ ਹੈ, ਨਿਰਮਲ ਹੈ, ਇੱਕ ਬੜਾ ਸ਼ੋਹਰਤ ਵਾਲਾ ਬੜਾ ਬੀਬਾ ਬੱਚਾ ਹੈ, ਅਸੀਂ ਆਪਣੀ ਬੱਚੀ ਦਾ ਰਿਸ਼ਤਾ ਇਸ ਲੜਕੇ ਦੇ ਹੱਥ ਦੇਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖ ਲਓ ਕਿ ਕਿਹੋ ਜਿਹੇ ਰਿਸ਼ਤੇ ਦੀ ਗੱਲ, ਗੁਰੂ ਸਾਹਿਬ ਮਹਾਰਾਜ ਜੀ ਨੇ ਆਪ ਰਹਿਮਤ ਕੀਤੀ, ਆਪਣੀ ਬੱਚੀ ਦਾ ਰਿਸ਼ਤਾ ਇੱਕ ਗਰੀਬ, ਮੈਨੂੰ ਕਹਿਣ ਦੀ ਆਗਿਆ ਦੇਣਾ, ਮੈਂ ਸੰਗਤ ਦੇ ਵਿੱਚ ਇਹੋ ਜਿਹੀ ਗੱਲਾਂ ਕਹਿਣ ਦਾ ਮੇਰਾ ਮਨ ਤਾਂ ਨਹੀਂ ਕਰਦਾ, ਮੈਂ ਪ੍ਰਮਾਣ ਦੇ ਰਿਹਾ, ਇਤਿਹਾਸ ਦੀ ਗੱਲ ਕਰ ਰਿਹਾ, ਆਪਣਾ ਨੁਕਸਾਨ ਕਰ ਰਿਹਾ ਹੈਗਾ ਹਾਂ। ਇੱਕ ਗਰੀਬ ਕੰਗਾਲ ਬੇਸਹਾਰੇ ਬੰਦੇ ਦੇ ਕੋਲ ਮਹਾਰਾਜ ਦੁਨੀਆ ਦੀ ਜੋਤ ਮਹਾਂਪ੍ਰਕਾਸ਼ ਮਹਾਂਸਾਗਰ ਸੁੱਖਾਂ ਦਾ ਮਹਾਂਸਾਗਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜ੍ਹੀ ਦੇ ਮਾਲਕ, ਆਪਣੀ ਪੁੱਤਰੀ ਦਾ ਰਿਸ਼ਤਾ ਇੱਕ ਗਰੀਬੜੇ ਜਿਹੇ ਸਿੰਘ ਨੂੰ, ਕਿਉਂਕਿ ਗੁਰੂ ਮਹਾਰਾਜ ਨੇ ਉਹਦੀ ਆਤਮਾ ਨੂੰ ਪਹਿਚਾਣਿਆ, ਉਹਦੀ ਨਿਰਮਲਤਾ ਨੂੰ ਪਹਿਚਾਣਿਆ, ਉਹਦੇ ਕਰਮਾਂ ਨੂੰ ਜਾਣਿਆ ਕਿ ਇਹ ਤਾਂ ਬੜਾ ਇੱਕ ਸ਼ੁੱਧ ਪਵਿੱਤਰ ਆਤਮਾ ਹੈਗੀ ਆ। ਆਪਣੀ ਬੱਚੀ ਦਾ ਬਾਬਾ ਬੁੱਢਾ ਜੀ ਦੇ ਕੋਲੋਂ ਅਰਦਾਸ ਕਰਾਈ ਔਰ ਸਮੇਂ ਪੈ ਕੇ ਉਸ ਬੱਚੀ ਦਾ ਵਿਆਹ ਉਹਦੇ ਨਾਲ ਭਾਈ ਸਾਧੂ ਦੇ ਨਾਲ ਕੀਤਾ। ਉਹਦਾ ਪਿਤਾ ਭਾਈ ਧਰਮਾ ਇੱਕ ਮਜ਼ਦੂਰ ਦਿਹਾੜੀਦਾਰ ਬੰਦਾ, ਤੁਸੀਂ ਦੇਖ ਲਈਓ ਸਾਡੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਗਰੀਬਾਂ ਦੇ ਹਾਲਾਤ ਹੁੰਦੀ ਪਈ ਹੈਗੀ ਹੈ। ਚਲੋ ਮੈਂ ਉਸ ਪਾਸੇ ਗੱਲ ਨਹੀਂ ਕਰਨੀ ਹੈਗੀ। ਗੁਰੂ ਸਾਹਿਬਾਨ ਮਹਾਰਾਜ ਜੀ ਨੇ ਇਹੋ ਜਿਹੀਆਂ ਬਖਸ਼ਿਸ਼ਾਂ ਕੀਤੀਆਂ ਕਿ ਗਰੀਬਾਂ ਨੂੰ, ਬੇਸਹਾਰਿਆਂ ਨੂੰ, ਨਿਤਾੜਿਆਂ ਨੂੰ, ਨਿਆਸਰਿਆਂ ਨੂੰ, ਬੇਆਸਰਿਆਂ ਨੂੰ ਆਪਣੇ ਛਾਤੀ ਦੇ ਨਾਲ ਲਗਾਇਆ। ਬਖਸ਼ਿਸ਼ ਤਾਂ ਮਹਾਰਾਜ ਕਰਦੇ ਨੇ। ਔਰ ਬੀਬੀ ਵੀਰੋ ਨੇ ਪਤਾ ਕੀ ਵਾਰ ਮੰਗਿਆ? ਬੀਬੀ ਭਾਨੀ ਜੀ ਨੇ ਪਤਾ ਕੀ ਵਾਰ ਮੰਗਿਆ? ਬੀਬੀ ਭਾਨੀ ਜੀ ਨੇ ਵਾਰ ਮੰਗਿਆ ਸੀਗਾ ਜਦੋਂ ਵਿਆਹ ਹੋਇਆ, ਹਰ ਪ੍ਰਭ ਮੇਰੇ ਬਾਪ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸਵੇਲਾ ਗੁਰੂ ਸਤਿਗੁਰੂ ਦਾਨ ਦਿਵਾਇਆ, ਖੰਡ ਵਰਮੰਡ ਹਰ ਸੋਭਾ ਦਾਨ ਰਲੇ ਰਲਾਇਆ, ਹੋਰ ਮਨਮੁਖ ਦਾਜੇ ਰੱਖਦੇ ਕੂੜ ਸੋ ਕੂੜ ਹੰਕਾਰ ਕਰ ਪਾਜੋ, ਹੋਰ ਮਨਮੁਖ ਦਾਜ ਰੱਖਦੇ ਸੋ ਕੂੜ ਹੰਕਾਰ ਕੱਚ ਪਾਜੋ। ਕੱਚ ਕਹਿੰਦੇ ਨੇ ਕੱਚਾ। ਤੇ ਬੀਬੀ ਭਾਨੋ ਜੀ, ਬੀਬੀ ਭਾਨੀ ਜੀ ਵਰ ਮੰਗਦੀ ਹੈ ਕਿ ਮੇਰੇ ਪਿਤਾ ਜੀ ਮੈਨੂੰ ਤੁਸੀਂ ਮਹਿੰਗੇ ਕੱਪੜੇ ਦਾਜ ਵਿੱਚ ਦਹੇਜ ਵਿੱਚ ਨਾ ਦੇਣਾ, ਮੈਨੂੰ ਦਾਨ ਦੇਣਾ, ਹਰ ਹਰ ਭਗਤੀ ਕਾਜ ਸਵੇਲਾ ਗੁਰ ਸਤਿਗੁਰੂ ਦਾਨ ਦਿਵਾਇਆ, ਮੈਨੂੰ ਤੁਹਾਡੀਆਂ ਬਖਸ਼ਿਸ਼ਾਂ, ਮੈਨੂੰ ਗੁਰੂ ਨਾਨਕ ਦਾ ਨਾਮ, ਮੈਨੂੰ ਅਕਾਲ ਪੁਰਖ ਦੀ ਜੋਤ ਮੇਰੇ ਅੰਦਰ ਸੇਵਾ ਰਵੇ, ਮੈਂ ਸਮਾਜ ਦੀ ਭਲਾਈ ਕਰਾਂ, ਇਸਤਰੀ ਜਾਤੀ ਦਾ ਬਰਾਬਰ ਸਤਿਕਾਰ ਰਵੇ, ਇੱਕ ਦੂਜੇ ਦੇ ਸਾਂਝ ਦੇ ਨਾਲ ਰਵੇ, ਪਰਿਵਾਰ 'ਚ ਸੁਖੀ ਰਹਿਣ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਸਵਾਸਾਂ ਦੇ ਅਖੀਰਲੇ 18 ਸਾਲ ਜਦੋਂ ਕਰਤਾਰਪੁਰ ਵਿੱਚ ਕਿਰਤ ਕੀਤੀ ਹੈਗੀ ਹੈ, ਜਦੋਂ ਕਿ ਪਰਿਵਾਰ ਸਾਰਾ ਵਿੱਚ ਬੱਚੇ ਪਿੱਛੇ ਸੀਗੇ, ਸਾਰੇ ਬੱਚਿਆਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਆ ਕਰਤਾਰਪੁਰ ਵਿਖੇ ਪਰਿਵਾਰ ਦੇ ਨਾਲ ਰਹੇ ਨੇ, ਕਿਉਂਕਿ ਇਤਿਹਾਸ ਜਾਣਦਾ ਹੈ ਕਿ ਪਹਿਲਾਂ ਮਹਾਰਾਜ ਜੀ ਨੇ ਬੱਚਿਆਂ ਨੂੰ ਛੱਡ ਕੇ ਚਲੇ ਗਏ ਨੇ। 22 ਸਾਲ ਮਹਾਰਾਜ ਜੀ ਨੇ ਉਦਾਸੀਆਂ ਕੀਤੀਆਂ। ਇਹਨਾਂ ਗੱਲਾਂ ਨੂੰ ਮੈਂ ਨਾਲ ਤਾਂ ਜੋੜਦਾ ਪਿਆ ਹਾਂ, ਪਰਿਵਾਰ 'ਚ ਰਹਿਣਾ, ਸਮਾਜ 'ਚ ਰਹਿਣਾ, ਕਿਰਤ ਕਰਨੀ ਔਰ ਦਾਤਾਰ ਦੇ ਕੋਲੋਂ ਮੰਗਣਾ ਕਿ ਹਰ ਪ੍ਰਭ ਮੇਰੇ ਬਾਬਲਾ ਦੇਵੋ ਦਾਨ ਮੈਂ ਦਾਜ ਔਰ ਕੱਪੜੋ ਦੇਵੋ ਜੇ ਸਵਰੇ ਮੇਰਾ ਕਾਜੋ, ਹਰ ਘਰ ਭਗਤੀ ਕਾਜ ਸਵੇਲਾ ਗੁਰ ਸਤਿਗੁਰੂ ਦਾਨ ਦਿਵਾਇਆ, ਮੈਨੂੰ ਉਹ ਦਾਨ ਦੇਵੋ। ਅੱਜ ਕੱਲ੍ਹ ਦੇ ਬੱਚੇ ਬੱਚੀਆਂ ਜਿਹੜੇ ਨੇ ਦਾਨ ਮੰਗਦੇ ਨੇ ਕਾਰਾਂ,
ਕਿੰਨੇ ਕਿੱਲੇ ਜ਼ਮੀਨ ਮਿਲੇਗੀ, ਸ਼ਰਾਬਾਂ ਦੀਆਂ ਪਾਰਟੀਆਂ, ਊਂਟ ਪਟਾਂਗ ਮਸਟੇਜ 'ਤੇ ਇਹੋ ਜਿਹੇ ਬਹੁਤੀਆਂ ਗੱਲਾਂ ਨਾ ਕਰਾਂ, ਇਹਨਾਂ ਗੱਲਾਂ ਤੋਂ ਅਸੀਂ ਪਰਹੇਜ਼ ਕਰੀਏ। ਇੱਕ ਵਾਰੀ ਵਿਆਹਾਂ 'ਤੇ ਕਰਜ਼ਾ ਲਿਆ ਹੁੰਦਾ ਹੈ, ਸਾਰੀ ਜ਼ਿੰਦਗੀ ਉਹ ਪਰਿਵਾਰ ਕਰਜ਼ੇ ਤੋਂ ਮੁਕਤ ਨਹੀਂ ਹੁੰਦਾ। ਇਹੋ ਜਿਹੀਆਂ ਸੁਸਾਇਟੀ ਦੇ ਵਿੱਚ ਜਿਹੜੀਆਂ ਐਵਿਲ ਐਲੀਮੈਂਟਸ ਹੈਗੇ ਨੇ, ਇਹਨਾਂ ਨੂੰ ਦੂਰ ਕੀਤਾ ਜਾਵੇ। ਦਾਸ ਵੀ ਜਦੋਂ ਕੋਈ ਗੁਜਰਾਤ ਵਿਖੇ ਵੀ ਮੈਂ ਗਰੀਬ ਲੋੜਵੰਦ ਪਰਿਵਾਰਾਂ ਦੇ ਵਿਆਹ ਕਰਾਏ ਨੇ, ਜੋ ਜਿਸ ਤਰ੍ਹਾਂ ਕਿ ਭੁਪਿੰਦਰ ਰੰਗੀਲਾ ਜੀ ਵੀਰ ਜੀ ਨੇ ਬੜੇ ਉੱਦਮ ਕੀਤਾ ਹੈ, ਹਰ ਪਰਿਵਾਰ ਦੇ ਪਿੱਛੇ ਕਰੀਬ 1.25 ਲੱਖ ਰੁਪਏ ਦਾ ਖਰਚਾ ਕਰਦੇ ਪਏ ਨੇ, ਸੋਹਣੇ ਪਲੰਘ ਦਿੱਤੇ ਨੇ, ਕੱਪੜੇ ਦਿੱਤੇ ਨੇ, ਹੋਰ ਕਾਫੀ ਕੁਝ, ਟਰੰਕ ਵੱਡਾ ਸਾਰਾ ਭਰ ਕੇ ਮੈਂ ਕਾਫੀ ਚੀਜ਼ਾਂ ਦੇਖੀਆਂ, ਬੜੀਆਂ ਅੱਛੀਆਂ, ਵੈਰੀ ਗੁੱਡ ਕੁਆਲਿਟੀ, ਬੜਾ ਉੱਦਮ ਕੀਤਾ ਹੈਗਾ ਆ। ਉਹਨਾਂ ਪਰਿਵਾਰਾਂ ਦੇ ਕੋਲੋਂ ਜਦੋਂ ਕਿ ਪਿੱਛੇ ਜੋ ਗੁਜਰਾਤ 'ਚ ਉਹਨਾਂ ਦਾ ਵਿਆਹ ਕਰਵਾਇਆ, ਉਹਨਾਂ ਪਰਿਵਾਰ ਦੇ ਕੋਲ ਲਿਖਵਾਇਆ ਕਿ ਤੁਸੀਂ ਆਪਣੇ ਵਿਆਹ ਦੇ ਲਈ ਕਿਸੇ ਕੋਲੋਂ ਕਰਜ਼ਾ ਨਹੀਂ ਲਵੋਗੇ। ਅਤੇ ਜਦੋਂ ਇਹੋ ਜਿਹੇ ਸੁਸਾਇਟੀ ਦੇ ਵਿੱਚ ਉਦਮ ਕਰਾਂਗੇ, ਭਾਵੇਂ ਅਗਲਾ ਲਿਖ ਕੇ ਤਾਂ ਜ਼ਰੂਰ ਦੇ ਦਿੱਤਾ ਹੈਗਾ, ਪਰ ਪਿੱਛੋਂ ਜੋ ਵੀ ਹੈ, ਪਰ ਇੱਕ ਚੰਗੇ ਉਪਦੇਸ਼ ਦੇਣੇ ਚਾਹੀਦੇ ਨੇ। ਤਾਂ ਕਹਿਣ ਦਾ ਮਤਲਬ ਇਹੀ ਹੈਗਾ ਆ ਕਿ ਬੀਬੀ ਵੀਰੋ ਜੀ ਨੇ ਮੰਗਿਆ ਕਿ ਮੇਰੇ ਤੋਂ ਭੀੜਾ ਨਾ ਆਵੇ, ਔਰ ਬੀਬੀ ਵੀਰੋ ਦੇ 4 ਸਪੁੱਤਰ ਜਿਹੜੇ ਸੀਗੇ, ਕਲਗੀਧਰ ਪਿਤਾ ਦੇ ਨਾਲ ਭੰਗਾਂਡੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਤਨੀਆਂ ਸਿੱਖ ਕੌਮ ਦੀਆਂ, ਸਿੱਖ ਘਰਾਂ ਦੀਆਂ, ਗੁਰੂਆਂ ਦੀਆਂ ਬੀਬੀਆਂ, ਬੱਚੀਆਂ, ਮਾਤਾਵਾਂ ਨੇ ਕੌਮ ਦੇ ਲਈ ਕਿਹੋ ਜਿਹੀਆਂ ਸ਼ਹਾਦਤਾਂ ਦਿੱਤੀਆਂ ਨੇ, ਕਿਹੋ ਜਿਹੀਆਂ ਕੁਰਬਾਨੀਆਂ ਕੀਤੀਆਂ ਹੈਗੀਆਂ ਨੇ। ਕੋਈ ਚਾਹੁੰਦਾ ਹੈ ਕਿ ਕਲਗੀਧਰ ਪਿਤਾ ਨੇ ਆਪਣੇ 4 ਸਾਹਿਬਜ਼ਾਦੇ ਜਿਹੜੇ ਸੀਗੇ ਸ਼ਹੀਦ ਕਰਵਾਏ, ਆਪਣੀ ਅੱਖਾਂ ਦੇ ਸਾਹਮਣੇ 2 ਸਪੁੱਤਰਾਂ ਨੂੰ ਤੀਰ ਦੇ ਕੇ, ਕਿ 10 ਲੱਖ ਦੀ ਫੌਜ ਦੇ ਸਾਹਮਣੇ ਜਿਹੜੀਆਂ ਇਹੋ ਜਿਹੀ, ਕਈ ਵਾਰੀ ਨਾ ਅਸੀਂ ਇਤਿਹਾਸ 'ਚ ਸੋਚਦੇ ਹੈਗੇ ਹਾਂ ਕਿ ਸ਼ਾਇਦ ਕਲਗੀਧਰ ਪਿਤਾ ਦੇ ਉੱਤੇ ਇਹ ਪੀੜਾ ਆ ਗਈ ਸੀਗੀ। ਜਦੋਂ ਸਮੇਂ ਦੇ ਮੁਤਾਬਕ ਕਿਸੇ 'ਤੇ ਵੀ ਕੋਈ ਪੀੜਾ ਆਉਂਦੀ ਤਾਂ ਪਹਿਲਾਂ ਉਹਨੂੰ ਮਾਇੰਡ 'ਚ ਚੰਗੀ ਤਰ੍ਹਾਂ ਸੋਚਦਾ ਹੈਗਾ ਆ। ਮਹਾਰਾਜ ਜੀ ਨੇ ਕੰਸੀਵ ਕੀਤਾ ਆਈਡੀਆ ਕਿ ਹੁਣ ਇਸ 10 ਲੱਖ ਦੀ ਫੌਜਾਂ ਦੇ ਨਾਲ 40-42 ਸਿੰਘਾਂ ਦੇ ਨਾਲ ਕੱਚੇ ਘੜੀ ਵਿੱਚ ਕਿੱਦਾਂ ਜੰਗ ਲੜਨੀ ਹੈਗੀ ਆ। ਹੁਣ ਮੈਂ ਉਸ ਪਾਸੇ ਨਾ ਕਰਾਂ, ਤਾਂ ਕਹਿੰਦਾ ਕਿ ਸਾਨੂੰ ਚੰਗੀ ਤਰੀਕੇ ਦੇ ਨਾਲ ਸੋਚ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਸਾਨੂੰ ਸੋਚ ਪਰਿਵਾਰ 'ਚ ਕਰਨੀ ਕਿ ਸਾਨੂੰ ਸੋਚ ਵੱਡੀ ਰੱਖਣੀ ਚਾਹੀਦੀ ਹੈ। ਇੱਕ ਉੱਚੀ ਵੱਡੀ ਸੋਚ ਰੱਖੀਏ, ਵੱਡੀ ਸੋਚ ਇਹੀ ਰੱਖਣੀ ਹੈਗੀ ਆ ਕਿ ਜੇ ਮੇਰੇ ਕੋਲ ਦਮੜੇ ਆਉਣ ਤਾਂ ਮੈਂ ਸਮਾਜ ਦੀ ਭਲਾਈ ਕਰਾਂਗਾ, ਮੈਂ ਗਰੀਬ ਬੱਚਿਆਂ ਨੂੰ ਪੜ੍ਹਾਵਾਂਗਾ, ਮੈਂ ਲੋੜਵੰਦਾਂ ਨੂੰ ਪੜ੍ਹਾਵਾਂਗਾ, ਚੰਗੇ ਚੰਗੇ ਬੱਚਿਆਂ ਨੂੰ ਪੜ੍ਹਾ ਕੇ ਫਿਰ ਮੈਂ ਉਹਨਾਂ ਅੱਛੀਆਂ ਅੱਛੀਆਂ ਪੋਸਟਾਂ 'ਤੇ ਲਗਾਵਾਂਗਾ। ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ। ਅਤੇ ਜਦੋਂ ਦਸ ਦਿਨ 2-4 ਮਿੰਟ ਹੀ ਰਹਿੰਦੇ ਨੇ, ਅਤੇ ਜਦੋਂ ਅਸੀਂ ਇਹੋ ਜਿਹੇ ਉਪਰਾਲੇ ਕਰੀਏ, ਜਦੋਂ ਪਰਿਵਾਰ 'ਚ ਰਿਸ਼ਤੇ 'ਚ ਰਹੀਏ, ਸਭ ਤੋਂ ਪਹਿਲਾਂ ਜੀਵਨ ਸਾਥੀ ਦਾ ਫਰਜ਼ ਬਣਦਾ ਹੈਗਾ ਆ ਕਿ ਇੱਕ ਦੂਜੇ ਦਾ ਸਤਿਕਾਰ ਕਰਨਾ। ਜੇ ਕੋਈ ਪਿਛਲੀਆਂ ਕਮੀਆਂ ਖਾਮੀਆਂ ਅਗਰ ਜੀਵਨ ਸਾਥੀ ਦੇ ਵਿੱਚ ਹੈਗੀਆਂ ਤਾਂ ਉਹਨਾਂ ਨੂੰ ਹੁਣ ਚਿਤਾਰਨਾ ਨਹੀਂ ਹੈਗਾ। ਕੋਈ ਇਹ ਨਹੀਂ ਹੈਗਾ ਕਿ ਬਾਹਰ ਸਮਾਜ ਦੇ ਪਤੀ ਪਤਨੀ ਦਾ ਰਿਸ਼ਤੇ ਨੂੰ ਅਸੀਂ ਬੜੇ ਦਿਖਾਵਾ ਕਰੀਏ, ਜੀ ਜੀ ਕਰੀਏ, ਬੜੇ ਡਾਰਲਿੰਗ ਜਾਂ ਜੋ ਵੀ ਅਸੀਂ ਲਫਜ਼ ਵਰਤੀਏ, ਪਰ ਪਿੱਛੋਂ ਘਰ ਦੇ ਚਾ ਕੇ ਅਸੀਂ ਉਹਦੀਆਂ ਫਿਰ ਛੋਟੀਆਂ ਖਾਮੀਆਂ ਨੂੰ ਕੱਢੀਏ, ਉਹਨੂੰ ਜਲੀਲ ਕਰੀਏ। ਕੋਸ਼ਿਸ਼ ਕਰੋ ਕਿ ਤੁਹਾਡੇ ਘਰ ਦੇ ਵਿੱਚ ਜਿੱਥੇ ਗੁਰੂਆਂ ਦੀਆਂ ਫੋਟੋਆਂ ਨੇ, ਆਪਣੇ ਵਡੇਰਿਆਂ ਦੀਆਂ ਫੋਟੋਆਂ ਵੀ ਲਗਾਓ, ਮਾਤਾ ਪਿਤਾ ਦੀ ਫੋਟੋਆਂ ਵੀ ਲਗਾਓ, ਆਪਣੇ ਡਾਟਰ ਇਨ ਲਾਅ ਦੇ ਮਾਤਾ ਪਿਤਾ ਦੀ ਫੋਟੋ ਵੀ ਲਗਾਓ। ਸੋ ਮੈਂ ਸਮੇਂ ਨਾਲ ਲਵਾਂ ਅਤੇ ਕਹਿਣ ਦਾ ਭਾਵ ਹੈ ਕਿ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇੱਕ ਪ੍ਰੇਮ ਪਿਆਰ ਦੇ ਨਾਲ ਰਹਿਣਾ ਹੈਗਾ ਆ, ਕਿ ਜਿੱਦਾਂ ਸਾਡੇ ਗੁਰੂ ਸਾਹਿਬ ਮਹਾਰਾਜ ਨੇ 18 ਸਾਲ ਆਪਣੇ ਬੀਬੀ ਭਾਨੀ ਜੀ ਨੇ ਵਾਰ ਇੱਕ ਮੰਗਿਆ ਸੀਗਾ ਨਾ ਕਿ ਮੈਨੂੰ ਦਾਨ ਦੇਣਾ ਅਤੇ ਮੈਨੂੰ ਨਾਮ ਦਾ ਦਾਨ ਦੇਵੋ। ਬੀਬੀ ਵੀਰੋ ਨੇ ਦਾਨ ਮੰਗਿਆ ਸੀਗਾ ਨਾ ਕਿ ਮੇਰੇ ਕੋਲੋਂ ਇਹੋ ਜਿਹੀ, ਮੈਨੂੰ ਇਹੋ ਜਿਹੀ ਅਮੀਰੀ ਦੇਣਾ ਕਿ ਮੇਰੇ ਘਰ 'ਚ ਕੋਈ ਦੁੱਖ ਨਾ ਆਵੇ, ਔਰ ਮੈਂ ਇੱਕ ਸੂਰਬੀਰਤਾ ਦੇ ਨਾਲ, ਇੱਕ ਚੰਗੇ ਸੰਸਕਾਰਾਂ ਦੇ ਨਾਲ ਮੈਂ ਆਪਣੇ ਪਰਿਵਾਰ ਨੂੰ, ਸਮਾਜ ਨੂੰ ਪਾਲਾਂ। ਸੋ ਮੈਂ ਇਤਨਾ ਸਮੇਂ, ਜ਼ਿਆਦਾ ਸਮੇਂ ਨਾ ਲਵਾਂ, ਅਤੇ ਮੈਂ ਇਸ ਤਰ੍ਹਾਂ ਦੇ ਨਾਲ ਜਿਹੜੇ ਕਿ ਉਪਰਾਲੇ ਕੀਤੇ ਗਏ ਨੇ, ਔਰ ਮੈਂ ਰਵੀਕਾਂਤ ਸ਼ਰਮਾ ਜੀ ਦਾ ਵੀ, ਔਰ ਇਹਨਾਂ ਦੇ ਮਾਲਕ ਜਿਹੜੇ ਨੇ ਕਿ ਜਗਜੀਤ ਸਿੰਘ ਦਰਦੀ, ਚੜ੍ਹਦੀ ਕਲਾ ਟਾਈਮ ਕੰਪਨੀ ਦੇ ਗਰੁੱਪ ਦੇ ਚੇਅਰਮੈਨ ਨੇ, ਅੱਗੇ ਉਹਦੇ 2 ਸਪੁੱਤਰ ਵੀ ਜਿਹੜੇ ਨੇ, ਬੜੇ ਉਪਰਾਲੇ ਕਰਦੇ ਪਏ ਨੇ।
ਚੜ੍ਹਦੀ ਕਲਾ ਟਾਈਮ ਟੀ ਵੀ ਦੁਨੀਆਂ 'ਚ ਬੜੇ ਉਪਰਾਲੇ ਕਰਦਾ ਪਿਆ ਹੈਗਾ ਆ। ਦਾਸ ਇਹਨਾਂ ਗੁਰਮੁਖਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਹੈ। ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਰੱਬ ਰੂਹਾਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ। ਬਸ ਮੈਂ ਇਤਨਾ ਹੀ ਕਹਾਂਗਾ ਕਿ ਇੱਕ ਪਰਿਵਾਰ ਦੇ 'ਚ ਚੰਗਾ ਰਿਲੇਸ਼ਨ ਬਣਾ ਕੇ ਰਹੋ, ਕਿਸੇ ਨੂੰ ਵੀ ਉੱਚਾ ਨੀਵਾਂ ਨਾ ਕਰੋ, ਕਿਸੇ ਨੂੰ ਜਲੀਲ ਨਾ ਕਰੋ। ਔਰ ਸਭ ਤੋਂ ਵੱਡਾ ਹੈਗਾ ਆ ਕਿ ਜਿਹੜੇ ਸਾਡੇ ਮਾਤਾ ਪਿਤਾ ਨੇ, ਬਜ਼ੁਰਗ ਨੇ, ਜਾਂ ਪਿੰਡ 'ਚ ਜਾਂ ਇਲਾਕੇ ਦੇ ਵਿੱਚ ਜਿਹੜੇ ਕਿ ਲੋੜਵੰਦ, ਜਿਹੜੇ ਕਿ ਬਜ਼ੁਰਗ ਜਾਂ ਗਰੀਬ ਜਾਂ ਕੋਈ ਵੀ ਜਾਤੀ ਤੋਂ, ਕੋਈ ਵੀ ਧਰਮ ਦਾ ਹੈਗਾ ਆ, ਉਹਦਾ ਅਸੀਂ ਪੂਰਾ ਸਤਿਕਾਰ ਕਰੀਏ। ਸੋ ਇਤਨੇ ਬਚਨ ਕਹਿੰਦਿਆਂ ਕਿ ਮੈਂ ਦਾ ਜਾਚਕ ਹੈ, ਹਾਂ ਆਪ ਹੋ ਬੋਲਣਾ ਜਾਣਦਾ, ਮੈਂ ਕਹਿਆ ਸਭ ਕਮਾਓ ਜੀਓ, ਗੱਜ ਬੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਗੌਰੀ, ਬੜੇ ਪਰਉਪਕਾਰੀ, ਰਾਜਸਥਾਨ 'ਚ ਜਾ ਕੇ ਗਰੀਬ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਵਾਉਣੇ, ਗਰੀਬ ਲੜਕਿਆਂ ਦੀ, ਲੋੜਵੰਦ ਬੱਚਿਆਂ ਦੀ। ਗਰੀਬ ਵਰਡ ਵੈਸੇ ਕਹਿਣਾ ਚੰਗਾ ਨਹੀਂ ਲੱਗਦਾ, ਲੋੜਵੰਦ ਅਸੀਂ ਕਹੀਏ, ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ। ਇਹਨਾਂ ਨੂੰ ਹੁਣ ਅਸੀਂ ਸਨਮਾਨਿਤ ਕਰਨਾ ਟਰੋਫੀ ਦੇ ਨਾਲ, ਅਤੇ 100 ਤੋਂ ਉੱਪਰ ਇਹਨਾਂ ਦੇ ਟਰਾਲੇ ਚੱਲਦੇ ਨੇ ਦੁਬਈ ਵਿੱਚ, ਟਰੱਕ ਟਰਾਲੇ, ਔਰ ਬੜੇ ਵੱਡੇ ਬਿਜ਼ਨਸਮੈਨ ਨੇ। ਔਰ 30 ਸਾਲ ਤੋਂ ਅਸੀਂ ਇਹਨਾਂ ਨੂੰ ਦੁਬਈ ਜਦੋਂ ਤੋਂ ਜਾਂਦੇ ਹਾਂ, ਇਹਨਾਂ ਨਾਲ ਸਾਡਾ ਪਿਆਰ ਹੈ। ਔਰ ਤੁਸੀਂ ਦੇਖੋ, ਸਾਰਾ ਕੁਛ ਛੱਡ ਕੇ ਅਤੇ ਇਸ ਉਮਰ 'ਚ ਬੰਦੇ ਦੀ ਸਗੋਂ ਪਕੜ ਜਿਹੜੀ ਨਾ ਹੋਰ ਟਾਈਟ ਹੋ ਜਾਂਦੀ, ਪਰ ਇਹਨਾਂ ਨੇ ਮਾਇਆ ਦੀ ਪਕੜ, ਦੁਨਿਆਵੀ ਪਕੜ ਛੱਡ ਕੇ ਗੁਰੂ ਦੇ ਚਰਨਾਂ ਦੀ ਪਕੜ ਨੂੰ ਅਪਣਾਇਆ। ਔਰ ਇਹਨਾਂ ਦੇ ਸਤਿਕਾਰ ਵਾਸਤੇ ਇੱਕ ਜਕਾਰਾ ਛੱਡਾਂਗਾ, ਬੋਲੇ ਸੋਨਹਾ। ਔਰ ਜਿਹੜੇ ਪ੍ਰੋਜੈਕਟ ਅਸੀਂ ਅਗਲੇ ਸਾਲ ਸ਼ੁਰੂ ਕਰ ਰਹੇ ਹਾਂ, ਉਹਨਾਂ ਵਿੱਚ ਗੌਰੀ ਸਾਹਿਬ ਵੀ ਸਾਡੇ ਨਾਲ, ਇਹਨਾਂ ਦੀ ਸ਼ਮੂਲੀਅਤ ਵੀ ਹੋਏਗੀ। ਬੱਚਿਆਂ ਨੂੰ ਜਿਹੜੀਆਂ ਮਸ਼ੀਨਾਂ, ਸਿਲਾਈ ਦੇ ਕੋਰਸ ਕਰਾਉਣੇ, ਕੰਪਿਊਟਰ ਕੋਰਸ ਕਰਾਉਣੇ, ਗੁਰਮਤਿ ਅਕੈਡਮੀ ਜਿਹੜੀ ਪ੍ਰੋਫੈਸ਼ਨਲ ਜਿੱਥੇ ਬਕਾਇਦਾ ਕੋਰਸ ਹੋਣਗੇ, ਪ੍ਰਾਚੀਨ ਕਲਾ ਕੇਂਦਰ ਨਾਲ ਐਫੀਲੀਏਸ਼ਨ ਹੋਏਗੀ, ਆਪਣਾ ਗੁਰਨਾਮ ਸਿੰਘ, ਡਾਕਟਰ ਗੁਰਨਾਮ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਦੇ ਨਾਲ, ਔਰ ਜਵੱਦੀ ਕਲਾ ਵਾਲੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਇਹ ਸਾਰੀਆਂ ਮਹਾਨ ਹਸਤੀਆਂ ਇਸ ਅਕੈਡਮੀ 'ਚ ਨਾਲ ਜੁੜਨਗੇ। ਔਰ ਇਹ ਕਾਰਜ ਅਗਲੇ ਸਾਲ ਆਰੰਭ ਹੋਣਗੇ, ਔਰ ਚੈਨਲਾਂ ਦੇ ਉੱਤੇ 3 ਮਹੀਨੇ ਪਹਿਲੇ ਇਹ ਅਨਾਊਂਸਮੈਂਟ ਸ਼ੁਰੂ ਹੋ ਜਾਏਗੀ। ਅਤੇ ਜੋ ਇਹ ਡਾਕਟਰੀ ਇਲਾਜ ਹਨ, ਦਾਸ ਦੇ ਮਨ ਦਾ ਫੁਰਨ ਆਇਆ ਕਿ ਜਿਹੜੀਆਂ ਵੱਡੀਆਂ ਬਿਮਾਰੀਆਂ ਨੇ, ਇਹ ਸੇਵਾ ਨੂੰ ਉਸ ਸੇਵਾ ਤੱਕ ਲੈ ਕੇ ਜਾਣਾ ਹੈ। ਕਿਸੇ ਨੂੰ ਹਾਰਟ ਦੀ ਪ੍ਰੋਬਲਮ, ਗੋਡੇ ਚੇਂਜ ਕਰਨੇ ਨੇ, ਅੱਜ ਕੱਲ੍ਹ ਇਹ ਬਿਮਾਰੀਆਂ ਜ਼ਿਆਦਾ ਨੇ, ਅਤੇ ਕੈਂਸਰ ਦੀ ਪ੍ਰੋਬਲਮ, ਮਹਾਰਾਜ ਸੁੱਖ ਰੱਖੇ। ਔਰ ਜਿਹੜੀ ਸੇਵਾ ਵਿੱਚ ਸਾਡੇ ਸਤਿਕਾਰਯੋਗ ਕੈਪੀਟਲ ਟਰੱਕਿੰਗ ਵਾਲੇ ਸਤਨਾਮ ਸਿੰਘ ਜੀ ਮੁਲਤਾਨੀ, ਅਮੈਰੀਕਾ ਲੋਸ ਐਂਜਲਸ ਤੋਂ, ਔਰ ਸਰਦਾਰ ਹਰਦੇਵ ਸਿੰਘ ਜੀ ਬੰਦੇਛਾ, ਨਿਪੋਨ ਪੇਂਟ ਪ੍ਰੈਜੀਡੈਂਟ, ਔਰ ਮੇਰੇ ਸਤਿਕਾਰਯੋਗ ਵੀਰ ਜੀ ਮਹਿੰਦਰਪਾਲ ਸਿੰਘ ਜੀ ਪਾਲੀ, ਉਹ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ। ਸਹਿਯੋਗ ਇਕੱਲਾ ਮਾਇਆ ਦਾ ਨਹੀਂ ਹੁੰਦਾ, ਸਹਿਯੋਗ ਇਹ ਵੀ ਹੁੰਦਾ ਕਿ ਨਾਲ ਖਲੋਣ ਦਾ ਹੁੰਦਾ, ਚੰਗੀਆਂ ਸਲਾਹਾਂ ਦਾ ਹੁੰਦਾ। ਨਹੀਂ ਭਾਈ ਸਾਹਿਬ ਅਸੀਂ ਇਸ ਤਰ੍ਹਾਂ ਕਰੀਏ ਤਾਂ ਬੜਾ ਵਧੀਆ ਹੋਏਗਾ, ਅਸੀਂ ਇਸ ਤਰ੍ਹਾਂ ਕਰੀਏ ਤਾਂ ਬੜੇ ਵਧੀਆ ਹੋਏਗਾ। ਸੋ ਸੇਵਾ ਵਿੱਚ ਉਹਨਾਂ ਲੋਕਾਂ ਨੂੰ ਪਾਇਆ ਜਾਂਦਾ ਜਿਹੜੇ ਲੋਕ ਨਾਲ ਲੱਗ ਕੇ ਸੇਵਾ ਕਰਨ, ਅਤੇ ਜੇ ਹਰ ਗੱਲ 'ਤੇ ਕਿੰਤੂ ਪਰੰਤੂ ਕਰਨ। ਹੁਣ ਇਹ ਸਾਰੀਆਂ ਸੇਵਾਵਾਂ ਹੋ ਰਹੀਆਂ ਸਨ, ਸਾਰੇ ਸੱਜਣ ਸਾਡੇ ਨਾਲ ਲੱਗੇ ਸਨ, ਅਤੇ ਜੇ ਆ ਕੇ ਮੇਰੇ ਵਰਗਾ ਕਹੇ ਨਹੀਂ ਜੀ ਇਹ ਠੀਕ ਨਹੀਂ ਹੋਇਆ, ਇਹ ਉੱਦਾਂ ਨਹੀਂ ਹੋਇਆ, ਉੱਦਾਂ ਨਹੀਂ ਹੋਇਆ, ਜਾਂ ਤਾਂ ਅਸੀਂ ਪਹਿਲਾਂ ਤੋਂ ਨਾਲ ਲੱਗੀਏ, ਅਤੇ ਫਿਰ ਉਹ ਚੀਜ਼ਾਂ ਸ਼ੋਭਦੀਆਂ ਹਨ। ਸੋ ਜਿਹੜੀ ਸੇਵਾ ਹੋ ਰਹੀ ਹੋਵੇ ਉਹਦੇ ਵਿੱਚ ਆਪ ਨਾਲ ਜੁੜਨਾ ਚਾਹੀਦਾ, ਮਾਇਆ ਕਰਕੇ ਨਹੀਂ ਇਕੱਲਾ, ਹੋਰ ਕਈ ਕਾਰਜ ਹੁੰਦੇ ਹਨ। ਸੋ ਬਹੁਤ ਬਹੁਤ ਧੰਨਵਾਦ ਗੌਰੀ ਸਾਹਿਬ ਦਾ, ਹੁਣ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਸ਼੍ਰੀ ਗੁਰੂ ਰਾਜ ਸੇਵਾ ਆਸ਼ਰਮ ਟਰੱਸਟ ਚੰਡੀਗੜ੍ਹ ਵੱਲੋਂ। ਜਤਿੰਦਰ ਸਿੰਘ ਜੀ ਚੱਡਾ ਜੋ ਦਿੱਲੀ ਤੋਂ ਨੇ, ਉਹ ਨਾਲ ਲੈ ਕੇ ਸਨਮਾਨ ਦੇਣਗੇ ਜੀ। ਇਹ ਬੇਨਤੀ ਕਰਾਂਗਾ ਵੀਰ ਜੀ ਨੂੰ ਕਿ ਸੁਰਿੰਦਰ ਸਿੰਘ ਗੌਰੀ ਜਿਨ੍ਹਾਂ ਨੇ ਆਪ ਜੀ ਨਾਲ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ, ਉਹਨਾਂ ਨੂੰ ਸ਼ਾਲ ਦੇਖ ਕੇ ਅਤੇ ਟਰੋਫੀ ਦੇਖ ਕੇ ਸਨਮਾਨਿਤ ਕਰਨ ਜੀ। ਬੋਲੇ ਸੋਨੇਹਾਲ, ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੀ ਅਪਾਰ ਬਖਸ਼ਿਸ਼।
कि इन्ने वड्डे बिजनेसमैन होन दुबई विच विदेशों विच बिजनेस चलते होन उस तो बाद भी प्रचार नाल जुड़ी है सी ये कोई छोटी मोटी गल नहीं है। बहुत बहुत धन्यवाद भाई साहब जसबीर सिंह जी का बड़े प्यार वाले नितनेमी और गुरु घर के सेवादार दो बारी इस गुरु घर मुख सेवादार प्रधान की सेवा की है। कई बार मेरे वर्गा हों जो अहदे तो उतर जाता तो कहना हूँ मुड़ के गुरुद्वारे जाना ही नहीं पर जड़ी मन की भावना वो चंगी भावना नहीं गुरु घर का सारे का साझा भावें प्रधान होइए भावें सैकटरी होइए भावें जोड़े झाड़न की सेवा सब तो वड्डिया सेवा ये ने जोड़े झाड़ने जूठे भांडे मांजने झाड़ू फेरना ये सब तो वड्डिया सेवावान हैं। यही गुरसिख का कहना निम्रता अगर निम्रता अंदर आ गई तो गुरु आप आ गया। दो चीज़ा निम्रता तो संतोख सबर तो संतोख ये महाराज बख्शे यही आप अरदास करनी है और बहुत बहुत धन्यवाद थोड़े सारिया का। ये जो 24वां समागम है मैं संगतां नूं दसदिया चैनल राही रिकॉर्डिंग हो रही है और ये इस साल 24वां समागम है और ये हाथ जोड़ के महाराज कोलों असी खिमा मंग रहे हैं। ये साल 24वीं सेवा ये आखिरी विआहां दी सेवा होएगी उस तो उपरंत जो लोड़वंद लोग हैं जिन्हां नूं कोई बीमारियां हैं दवाइयां वास्ते पैसे नहीं कपड़ा कोल नहीं है या होर कोई भी किसी किस्म की मदद होवे ये कारज जीरकपुर विखे महाराज ने कृपा की हुई है 671 गज दास कोल जगह हैगी है उहदे टॉप फ्लोर ते ये सारे कारज उत्थे कीते जाणगे बड़ी वड्डी जगह है शैड भी बने हैं कमरे भी बड़े वधिया बने हैं उत्थे डॉक्टरी सहायता होएगी। ये सारे कारज आप संगतां दीआं असीसां ते गुरु महाराज जी की बख्शिश नाल होणगे। गुरद्वारा प्रबंधक कमेटी मुख सेवादार प्रधान साहब अते सारे वीरां दा समूह स्टाफ दा बहुत बहुत धन्यवाद है। बेनती की कि शुरू भी इसे गुरु घर तो किया समागम असी तो असी ये लास्ट समागम भी इसे गुरु घर कर रहे हैं सो महाराज कृपा करन। पर इस तो उपरंत जो वड्डे भाई साहब सत्कारयोग भाई बलविंदर सिंह जी रंगीला ये समागम करते हैं वो निरंतर ये समागम रखे हर साल वो करया करे सो क्योंकि असी जो भी अनाउंस करते हैं तो दास ये बेनती करता है लाइव चैनलों राही कि असी तो 11 या 21 बच्चियों के विआह करते हाँ पर तुहानू ये प्रेरणा दें कि तुसी देखो ये किवें कारज होंदे हन। इस तरह किसी पिंड किसी शहर जिथे भी तुसी वसदे हो आसा पासा देखो कि जे कोई गरीब है लोड़वंद है उहदी अपने हाथी मदद करो। ये नहीं जरूरी कि रंगीला परिवार को ही देना कि सारा बीड़ा उन्होंने ही चुकया नहीं ये सारिया का साडा फर्ज बनता है कि सारिया ने रल मिल के ये कारज करने हैं। और मैं साडा बच्चा भाई हरदेव सिंह जी बंदेछा जी दे सपुत्र गुरिंदर सिंह जी लक्की वो आए ने और साडी नूह राणी वीरपाल कौर वह भी आए ने उन्हां दा बहुत बहुत स्वागत है बहुत बहुत वेलकम है। गुरसिख बच्चे हैं नितनेमी हैं उन्होंने फादर हरदेव सिंह बंदेछा निपोन पेंट जड़ी बड़ी वड्डी कंपनी है जापान दी उहदे इंडिया दे प्रेजिडेंट हैं पर उन्होंने बड़ी श्रद्धा होले महल्ले दे लंगर ते भी सेवा निभांदे हैं इन्हां सेवावां विच भी हिस्सा पाते हैं।